ਤੇ ਇਸ ਰੈਮੇਡੀ ਨੂੰ ਲੈਣਾ ਨਾ ਭੁੱਲਿਓ ਕੋਈ ਮੈਡੀਸਿਨ ਦੇ ਲੈਣ ਦੀ ਜ਼ਰੂਰਤ ਨਹੀਂ ਹੈ ਬੱਚਿਆਂ ਨੂੰ ਵੱਡਿਆਂ ਨੂੰ ਹਰੇਕ ਏਜ ਗਰੁੱਪ ਨੂੰ ਇਹ ਰੈਮੇਡੀ ਦਿੱਤੀ ਜਾ ਸਕਦੀ ਹੈ ਅੱਜ ਕੱਲ ਵੈਦਰ ਚੇਂਜ ਹੋਣਾ ਸ਼ੁਰੂ ਹੋ ਗਿਆ ਔਰ ਵੈਦਰ ਚੇਂਜ ਹੋਣ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੂੰ ਅਲਰਜੀ ਦੀ ਪ੍ਰੋਬਲਮ ਹੈ ਜਾਂ ਫਿਰ ਜਿਨ੍ਹਾਂ ਦੀ ਇਮਿਊਨਿਟੀ ਵੀਕ ਰਹਿੰਦੀ ਹੈ ਉਸ ਵੇਲੇ ਸਵੇਰੇ ਬਹੁਤ ਛਿੱਕਾ ਮਾਰਦੇ ਆ ਉਹਨਾਂ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਸਿਰ ਪਾਰਾ ਹੁੰਦਾ ਹੈ ਇਸ ਟਾਈਮ ਤੇ ਜਦੋਂ ਸਾਨੂੰ ਛੋਟੇ ਹੁੰਦਿਆਂ ਨੂੰ ਇਹ ਪ੍ਰੋਬਲਮ ਹੁੰਦੀ ਸੀ ਤਾਂ ਸਾਡੇ ਨਾਨੀ ਦਾਦੀ ਸਾਨੂੰ ਇੱਕ ਰੈਮੇਡੀ ਬਣਾ ਕੇ ਦਿੰਦੀਆਂ ਹੁੰਦੀਆਂ ਸੀ ਜੋ ਕਿ ਬਹੁਤ ਇਫੈਕਟਿਵ ਹੁੰਦੀ ਸੀ ਉਹ ਰੈਮੇਡੀ ਖਾ ਕੇ ਅਸੀਂ ਸੋ ਜਾਂਦੇ ਸੀ ਤੇ ਜਦੋਂ ਉੱਠਦੇ ਸੀ ਇੱਕਦਮ ਫਰੈਸ਼ ਕਦੇ ਸਨੀਜ਼ਿੰਗ ਕਦੇ ਕੋਲਡ ਕਫ ਨਹੀਂ ਹੁੰਦਾ ਸੀਗਾ ਤੇ ਅੱਜ ਆਪਾਂ ਉਹੀ ਰੈਮੇਡੀ ਅੱਜ ਇੱਥੇ ਬਣਾਵਾਂਗੇ ਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਸੀਂ ਵੀ ਉਹ ਰੈਮੇਡੀ ਖਾਈ ਹੈ ਜਾਂ ਨਹੀਂ ਖਾਈ ਹੈ ਤੇ ਜੇ ਖਾਈ ਹੈ ਤਾਂ ਉਹਦਾ ਕੀ ਨਾਮ ਹੈ ਇਹ ਰੈਮੇਡੀ ਬਹੁਤ ਹੀ ਸਿੰਪਲ ਹੈ ਇਸ ਨੂੰ ਬਣਾਉਣ ਦੇ ਲਈ ਗੈਸ ਚਲਾ ਕੇ ਇੱਕ ਪੈਨ ਛੋਟਾ ਜਿਹਾ ਸਾਈਜ਼ ਦਾ ਲੈ ਕੇ ਤੁਸੀਂ ਉਹਦੇ ਤੇ ਰੱਖੋ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਚਮਚ ਦੇਸੀ ਘੀ ਪਾਣਾ ਹੈ ਤੇ ਜਦੋਂ ਹੀ ਇਹ ਮੈਲਟ ਹੁੰਦਾ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਬੇਸਨ ਇੱਕ ਚੁਟਕੀ ਹਲਦੀ ਔਰ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਕਿਉਂਕਿ ਬੇਸਨ ਨਹੀਂ ਤਾਂ ਨੀਚੇ ਲੱਗ ਜਾਏਗਾ ਅਗਰ ਤੁਹਾਨੂੰ ਲੱਗੇ ਕਿ ਘੀ ਥੋੜਾ ਜ਼ਿਆਦਾ ਹੋ ਗਿਆ ਤਾਂ ਤੁਸੀਂ ਥੋੜਾ ਜਿਹਾ ਬੇਸਨ ਹੋਰ ਐਡ ਕਰ ਸਕਦੇ ਹੋ ਇਹ ਧਿਆਨ ਰੱਖਣਾ ਕਿ ਗੈਸ ਤੇਜ਼ ਹੋਏਗਾ ਤਾਂ ਬਹੁਤ ਜਲਦੀ ਇਹ ਸੜ ਜਾਏਗੀ ਇਸ ਲਈ ਤੁਸੀਂ ਅਕੋਰਡਿੰਗਲੀ ਫਲੇਮ ਨੂੰ ਸੈੱਟ ਕਰਨਾ ਔਰ ਜਦੋਂ ਇਹਦਾ ਕਲਰ ਚੇਂਜ ਹੋ ਜਾਏਗਾ ਉਦੋਂ ਆਪਾਂ ਗੈਸ ਆਫ ਕਰਾਂਗੇ ਔਰ ਹੁਣ ਥੋੜਾ ਜਿਹਾ ਪੱਕ ਚੁੱਕਿਆ ਹੈ ਤੇ ਮੈਂ ਹੁਣ ਥੋੜੀ ਜਿਹੀ ਧਾਗੇ ਵਾਲੀ ਮਿਸ਼ਰੀ ਐਡ ਕਰਾਂਗੀ ਤੇ ਸਾਡੀ ਰੈਮੇਡੀ ਤਾਂ ਰੈਡੀ ਹੈ ਤੇ ਹੁਣ ਹੈ ਕਿ ਇਸ ਨੂੰ ਲੈਣਾ ਕਦੋਂ ਹੈ ਇਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਕੇ ਸੋ ਜਾਓਗੇ ਤਾਂ ਮਾਰਨਿੰਗ 'ਚ ਤੁਸੀਂ ਉੱਠੋਗੇ ਇੱਕਦਮ ਫਰੈਸ਼ ਨੋ ਸਨੀਜ਼ਿੰਗ ਨੋ ਕਫ ਨੋ ਕੋਲਡ ਤੇ ਅਗਰ ਤੁਹਾਡੇ ਕੋਲ ਦਿਨ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਦਿਨ ਵਿੱਚ ਵੀ ਲੈ ਕੇ ਇਸ ਨੂੰ ਸੋ ਜਾਣਾ ਹੈ ਤੇ ਉਸ ਤੋਂ ਬਾਅਦ 2 ਘੰਟੇ ਰੈਸਟ ਕਰਨ ਤੋਂ ਬਾਅਦ ਜਦੋਂ ਤੁਸੀਂ ਉੱਠੋਗੇ ਤਾਂ ਤੁਸੀਂ ਦੇਖੋਗੇ ਕਿ ਇੱਕਦਮ ਤੁਹਾਡਾ ਕੋਲਡ ਬਿਲਕੁਲ ਚਲਾ ਗਿਆ ਹੈ ਨੱਕ ਚੋਂ ਪਾਣੀ ਨਹੀਂ ਆਏ ਤੇ ਤੁਸੀਂ ਇੱਕਦਮ ਫਰੈਸ਼ ਫੀਲ ਕਰੋਗੇ ਤਾਂ ਇਸ ਲਈ ਇਸ ਰੈਮੇਡੀ ਨੂੰ ਤੁਸੀਂ 2 ਜਾਂ 3 ਦਿਨ ਤੱਕ ਕੰਟੀਨਿਊ ਕਰ ਸਕਦੇ ਹੋ ਤੇ ਇਹ ਜਿਹੜੀ ਰੈਮੇਡੀ ਹੈ ਇਸ ਨੂੰ ਅਸੀਂ ਤੇ ਇਸ ਨੂੰ ਬੇਸਨ ਦਾ ਸ਼ੀਰਾ ਬੋਲਦੇ ਹਾਂ ਤੇ ਤੁਸੀਂ ਦੱਸੋਗੇ ਕਿ ਤੁਸੀਂ ਇਸ ਨੂੰ ਕੀ ਬੋਲਦੇ ਹੋ ਤਾਂ ਕਮੈਂਟ ਬਾਕਸ 'ਚ ਜ਼ਰੂਰ ਲਿਖੋ ਤੇ ਇਸ ਰੈਮੇਡੀ ਨੂੰ ਲੈਣਾ ਨਾ ਭੁੱਲਿਓ ਕੋਈ ਮੈਡੀਸਿਨ ਦੇ ਲੈਣ ਦੀ ਜ਼ਰੂਰਤ ਨਹੀਂ ਹੈ ਬੱਚਿਆਂ ਨੂੰ ਵੱਡਿਆਂ ਨੂੰ ਹਰੇਕ ਏਜ ਗਰੁੱਪ ਨੂੰ ਇਹ ਰੈਮੇਡੀ ਦਿੱਤੀ ਜਾ ਸਕਦੀ ਹੈ ਥੈਂਕ ਯੂ ਹੈਵ ਅ ਨਾਈਸ ਡੇ